ਮਹਿੰਦਰਪਾਲ ਇੰਗਲਿਸ਼ ਟੈਨੋਗ੍ਰਾਫੀ ਇੰਸਟ੍ਰਕਟਰ ਫ্রম ਗਵਰਨਮੈਂਟ ਆਇਦਰ ਲੁਧਿਆਣਾ ਵੈਲਕਮਸ ਟੂ ਆਲ ਆਫ ਯੂ ਫਸਟ ਆਫ ਆਲ ਅਸਾ ਮਿਸ਼ਨ ਫਤੇ ਜੋ ਕਿ ਪੰਜਾਬ ਸਰਕਾਰ ਨੇ ਇੱਕ ਨਾਰਾ ਲਗਾਇਆ ਹੋਇਆ ਹੈ ਇਸ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ ਘਰੋਂ ਬਾਹਰ ਨਿਕਲਦਿਆਂ ਸਮੇਂ ਸਾਨੂੰ ਮਾਸਕ ਪਹਿਨਣਾ ਜ਼ਰੂਰੀ ਹੈ ਔਰ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਕਿ ਸਾਨੂੰ ਜਨਤਕ ਥਾਵਾਂ ਤੇ ਸਮਾਜਿਕ ਦੂਰੀ ਘਟੋ-ਘਟ 2 ਗਜ ਦੀ ਬਣਾਉਣੀ ਚਾਹੀਦੀ ਹੈ ਹੁਣ ਅਸੀਂ ਆਈਏ ਆਪਣੇ ਟੌਪ ਪਾਵਰਪੁਆਇੰਟ ਪਾਵਰਪੁਆਇੰਟ ਬਾਰੇ ਗੱਲ ਕਰਦੇ ਹਾਂ ਪਾਵਰਪੁਆਇੰਟ ਇਜ਼ ਅ ਪਾਵਰਫੁਲ ਈਜ਼ੀ ਟੂ ਯੂਜ਼ પ્રેਜ਼ੈਂਟੇਸ਼ਨ ਟੂ ਗ੍ਰਾਫਿਕਸ ਸੌਫਟਵੇਅਰ ਪ੍ਰੋਗਰਾਮ ਵਿੱਚ ਅਲਾਉਸ ਟੂ ਕ੍ਰੀਏਟ ਪ੍ਰੋਫੈਸ਼ਨਲ ਲੁਕਿੰਗ ਇਲੈਕਟ੍ਰੋਨਿਕ ਸਲਾਈਡਸ ショਜ਼ ਪੀਪੀਟੀ ਜ਼ ਯੂਜ਼ਡ ਟੂ ਪ੍ਰੇਜ਼ੈਂਟ ਇਨਫੋਰਮੇਸ਼ਨ ਇਨ ਐਨ ਔਰਗਨਾਈਜ਼ਡ ਮੈਨਰ ਟੂ ਐਨ ਐਂਡ ਵਿਜ਼ੂਅਲ ਔਰ ਗਰੁੱਪ ਮਾਈਕਰੋਸਾਫਟ ਪਾਵਰਪੁਆਇੰਟ ਇੱਕ ਪ੍ਰੈਜੈਂਟੇਸ਼ਨ ਟੂਲ ਹੈ ਜੋ ਕਿ ਟੈਕਸਟ ਸੋਅ ਸੇਵਸ ਰਬਸ ਤਸਵੀਰਾਂ ਅਤੇ ਮਲਟੀਮੀਡੀਆ ਨੂੰ ਹੋਰ ਮਾਈਕਰੋਸਾਫਟ ਆਫਿਸ ਜਿਵੇਂ ਕਿ ਐਕਸਲ ਟੂਲ ਦੇ ਨਾਲ ਜੋੜਦਾ ਹੈ ਬਈ ਡਿਫਾਲਟ ਦੇ ਸੇਵ ਕੀਤੇ ਡਾਕੂਮੈਂਟਸ ਐਕਸਲ ਨਾਲ ਸੇਵ ਕੀਤੇ ਜਾਂਦੇ ਹਨ ਜਿਵੇਂ ਕਿ ਪਾਵਰਪੁਆਇੰਟ ਵਰਜਨ ਦਾ ਫਾਈਲ ਐਕਸਲ ਪੀਪੀਟੀ ਹੈ ਪਾਵਰਪੁਆਇੰਟ ਨੂੰ ਦਫਤਰੀ ਮੀਟਿੰਗਾਂ ਭਾਸ਼ਣਾ ਸੈਮੀਨਾਰਾਂ ਵਿੱਚ ਘਟੋ ਘਟ ਸਮੇਂ ਵਿੱਚ ਵੱਧ ਤੋਂ ਵੱਧ ਪ੍ਰਭਾਵ ਪਾਉਣ ਲਈ ਜਾਣਕਾਰੀ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ ਇਸ ਤਰ੍ਹਾਂ ਇਹ ਚੂਜ਼ ਥੀਮ ਥੀਮ ਨੂੰ ਚੂਜ਼ ਕਰਨਾ ਹੈ ਵੈਨ ਵੀ ਸਟਾਰਟ ਅ ਨਿਊ ਪ੍ਰੈਜੈਂਟੇਸ਼ਨ ਪਾਵਰਪੁਆਇੰਟ ਯੂ ਵਿਲ ਹੈਵ ਦਾ ਅਪੋਰਚੂਨਿਟੀ ਟੂ ਚੂਜ਼ ਅ ਥੀਮ অর ਟੈਂਪਲੇਟ ਇਹ ਥੀਮ ਇਜ਼ ਅ ਸਲਾਈਡ ਡਿਜ਼ਾਈਨ 댓 ਕੰਟੇਨਸ ਮੈਚਿੰਗ ਕਲਰਸ ਫੌਂਟਸ ਐਂਡ ਸਪੈਸ਼ਲ ਇਫੈਕਟਸ ਲਾਈਕ ਸ਼ੈਡੋਜ਼ ਰਿਫਲੈਕਸ਼ਨਸ ਐਂਡ ਮੋਰ ਫਸਟ ਆਫ ਆਲ ਵਨ ਦਾ फाइल टैप दैन सेलेक्ट न्यू एंड दैन अंडर अवेलेबल टेम्पलेट्स एंड थीम्स चूज थीम्स इस तरह ही नैक्सट एजूथ क्लिक ईच थीम पावर पॉइंट शोज यू ए परिव्यू ऑन द राइट साइड। वैन यू फाइंड द वन यू वांट क्लिक क्रिएट इस तरह क्रिएट हो जाता है नैक्सट है जी इन ए न्यू स्लाइड नवी स्लाइड किमें इंसर्ट करनी है फस्ट ऑफ आल ऑन द होम टैब क्लिक द बटन हाफ ऑफ न्यू स्लाइड एंड पिक के स्लाइड लेआउट दैन सेव जोअर प्रजेंटेन प्रजेंटेन किमें सेव करना है ऑन द फाइल टैब चूज सेव इन द फाइल नेम बॉक्स टाइप नेम फॉर जोअर प्रजेंटेन and then choose save then save your work as you go press shortcut key hai control plus s often is tarah text nu assi add karna hai koi document likhya hai usme text nu assi add karna hai slide de vich so first of all select a text placeholder and begin typing sab to pehla assi प्लेस होल्डर में टैक्स उसे आपको टाइप करना है वनू सलैक्ट करना है फिर दैन अभी टाइपिंग शुरू कर देनी है जिमें कि टाइप किया होटैक्शन डिमांड फिर दैन नीचे क्लिक टू एड टैक्सट फिर असी एड टैक्स करने लाई अपना नीचे क्लिक कर देना है दैन फॉर्मेट जोर टैक्सट सिलैक्ट द टैक्स अंडर ड्राइंग टूल्स चूज फॉर्मेट जिमें नीचे डायग्राम दसाया गया है नीचे First of all to change the color of your text choose text fill and then choose a color next to change the outline color of your text choose text outline and then choose an a color to apply a shadow reflection glow level 3 dash d rotation a transform choose text effects ਐਂਡ ਦੈਨ ਚੂਜ਼ ਦਾ ਇਫੈਕਟ ਯੂ ਵਾਂਟ ਦੈਨ ਜੀ ਹਾਊ ਟੂ ਐਡ ਪਿਕਚਰ ਐਂਡ ਸ਼ੇਪਸ ਇਨ ਦਾ ਸਲਾਈਡਸ ਫਸਟ ਆਫ ਆਲ ਆਪਾਂ ਇਹ ਪਿਕਚਰ ਐਡ ਕਰਾਂਗੇ ਨੰਬਰ 1 ਪਹਿਲਾ ਪੁਆਇੰਟ ਔਨ ਦਾ ਇਨਸਰਟ ਟੈਬ ਟੈਬ ਤੇ ਇਨਸਰਟ ਟੈਬ ਤੇ ਜਾ ਕੇ ਚੂਜ਼ ਪਿਕਚਰ ਸਾਨੂੰ ਜਿਹੜੀ ਪਿਕਚਰ ਚੂਜ਼ ਕਰਨੀ ਹੈ ਦੈਨ ਬ੍ਰਾਊਜ਼ ਫਾਰ ਦਾ ਪਿਕਚਰ ਯੂ ਵਾਂਟ ਐਂਡ ਦੈਨ ਚੂਜ਼ ਇਨਸਰਟ ਫਿਰ ਅਸੀਂ ਇਨਸਰਟ ਵਾਲਾ ਬਟਨ ਤੇ ਜਾਵਾਂਗੇ ਇਸ ਤਰ੍ਹਾਂ ਜਿਹੜੀ ਸ਼ੇਪਸ ਆਪਾਂ ਐਡ ਕਰਨੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸ਼ੇਪਸ ਜਿਵੇਂ ਯੂ ਕੈਨ ਐਡ ਸ਼ੇਪਸ ਟੂ ਇਲਸਟ੍ਰੇਟ ਯੋਰ ਸਲਾਈਡ ਸਲਾਈਡ ਦੇ ਵਿੱਚ ਦਿਖਾਉਣ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਸ਼ੇਪਸ ਜਾਂ ਆਕਾਰ ਜਿਹੜੇ ਵਿੱਚ ਪਾਉਣੇ ਨੇ ਜਾਂ ਇਨਸਰਟ ਕਰਨੇ ਨੇ ਨੰਬਰ 1 ਔਨ ਦਾ ਇਨਸਰਟ ਟੈਬ ਸਿਲੈਕਟ ਸ਼ੇਪਸ ਐਂਡ ਦੈਨ ਸਿਲੈਕਟ ਅ ਸ਼ੇਪ ਫਰੋਮ ਦਾ ਮੀਨੂ ਜਿਹੜਾ ਅਪੀਅਰਸ ਜੋ ਜਿਹੜੀਆਂ ਮੀਨੂ ਦੇ ਵਿੱਚ ਪੇਅਰ ਹੋਈਆਂ ਹੋ ਰਹੀਆਂ ਨੇ ਉਹ ਜਿਹੜੀਆਂ ਵੀ ਤੁਹਾਡੀਆਂ ਸ਼ੇਪਸ ਨੇ ਆਪਾਂ ਉਹਨਾਂ ਨੂੰ ਇੱਕ ਸਿਲੈਕਟ ਕਰ ਸਕਦੇ ਹਾਂ ਸਿਲੈਕਟ ਕਰਕੇ ਉਹਦੀ ਓਪਚ ਪਾ ਸਕਦੇ ਹਾਂ ਨੈਕਸਟ ਸਟੈਪ ਇਨ ਦਾ ਸਲਾਈਡ ਏਰੀਆ ਕਲਿਕ ਐਂਡ ਡ੍ਰੈਗ ਟੂ ਡਰਾ ਦਾ ਸ਼ੇਪ ਫਿਰ ਅਸੀਂ ਉਸ ਏਰੀਆ ਤੇ ਕਲਿਕ ਕਰਕੇ ਅਸੀਂ ਉਹ ਸ਼ੇਪ ਨੂੰ ਡਰਾ ਕਰਕੇ ਲੈ ਸਕਦੇ ਹਾਂ ਦੈਨ ਸਿਲੈਕਟ ਦਾ ਡਰਾਇੰਗ ਟੂਲ ਫਾਰਮੈਟ ਟੈਬ ਔਨ ਦਾ ਰਿਬਨ open the shape styles gallery to quickly add a color and style including shading to the selected shape next add speaker notes slides are best when you don't cram in too much information you can put helpful facts and notes in the speaker notes and refer to them as you present in normal view the notes pane is located just below the slide view bin a first step on the view tab in the presentation views group click normal then click inside the notes pane below the slide and begin typing your notes then give your presentation presentation hai? on the slideshow tab do one of the following फर्स्ट ऑफ ऑल टू स्टार्ट द प्रजेंटेन एट द फस्ट स्लाइड पहली स्लाइड तो आप जी प्रजेंटेन पेश करी शुरू करनी है इन द स्टार्ट स्लाइड शो ग्रुप क्लिक फ्रॉम बिगनिंग दैन इफ यू आर नॉट एट द फस्ट स्लाइड दैन वांट टू स्टार्ट फ्रॉम वेयर यू आर क्लिक फ्रॉम करंट स्लाइड्स फिर जितों शुरू करनी है करंट तो करनी है तो करंट स्लाइड तो आप क्लिक कर सकते हैं next, if you need to present to people who are not where you are, then click broadcast slideshow to set up a presentation on the web. Ng, get out of slideshow view. to get out of slideshow view at any time on the keyboard, then press escape. Again, tips for creating an effective presentation. ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਤਿਆਰ ਕਰਨ ਲਈ ਕਿਹੜੇ-ਕਿਹੜੇ ਪੁਆਇੰਟਸ ਨੇ ਫਸਟ ਆਫ ਆਲ ਮਿਨੀਮਾਈਜ਼ ਦਾ ਨੰਬਰ ਆਫ ਸਲਾਈਡਸ ਸਲਾਈਡ ਨੂੰ ਅਸੀਂ ਮਿਨੀਮਾਈਜ਼ ਕਰਨਾ ਹੈ ਟੂ ਮੇਨਟੇਨ ਅ ਕਲੀਅਰ ਮੈਸੇਜ ਐਂਡ ਟੂ ਕੀਪ ਯੋਰ ਆਡੀਅנס ਅਟੈਂਟਿਵ ਐਂਡ ਇੰਟਰਸਟਿਡ ਕੀਪ ਦਾ ਨੰਬਰ ਆਫ ਸਲਾਈਡਸ ਇਨ ਯੋਰ ਪ੍ਰੈਜੈਂਟੇਸ਼ਨ ਟੂ ਅ ਮਿਨੀਮਮ ਦੈਨ ਚੂਜ਼ ਐਨ ਆਡੀਅנס ਫ੍ਰੈਂਡਲੀ ਫੌਂਟ ਸਾਈਜ਼ ਦੀ ਆਡੀਅנס ਮਸਟ ਬੀ ਏਬਲ ਟੂ ਰੀਡ ਯੂਅਰ ਸਲਾਈਡਸ ਫਰੋਮ ਅ ਡਿਸਟੈਂਸ ਸਰੋਤੇ ਜਿਹੜੇ ਆ ਉਹ ਥੋੜੀਆਂ ਸਲਾਈਡਾਂ ਨੂੰ ਦੂਰ ਤੋਂ ਹੀ ਪੜਨ ਦੇ ਯੋਗ ਹੋਣੀ ਚਾਹੀਦੀ ਹਨ ਜਨਰਲੀ ਸਪੀਕਿੰਗ ਇਹ ਫੌਂਟ ਸਾਈਜ਼ ਸਮਾਲਰ ਦੈਨ 30 ਮਾਈਟ ਬੀ ਟੂ ਡਿਫਿਕਲਟ ਫਾਰ ਦਾ ਆਡੀਅנס ਟੂ ਸੀ ਕੀਪ ਯੂਅਰ ਸਲਾਈਡ ਟੈਕਸਟ ਸਿੰਪਲ ਯੂ ਵਾਂਟ ਯੂਅਰ ਆਡੀਅנס ਟੂ ਲਿਸਨ ਟੂ ਯੂ ਪ੍ਰੈਜ਼ੈਂਟ ਜੋ ਇਨਫੋਰਮੇਸ਼ਨ ਇਨਸਟੈਡ ਆਫ ਰੀਡਿੰਗ ਦਾ ਸਕਰੀਨ Use words or shoot sentences and try to keep each them to one line. Some projectors crop slides at the edge so that long sentences might be cropped. Then the use visual to help express your message. Pictures, charts, graphs, and smart art graphs provide visual cues for your audience. टू रिमेंबर भी तस्वीर चार्ट ग्राफ्स जोड़े है ये ऑडियंस के लिए याद रखने इंट्रस्टिंग होंगे ने इस तरह ही एड मीनिंग आर्ट टू तो कंप्लीमेंट द टैक्स एंड मैसेजिंग ऑन योर स्लाइड्स एज विद टैक्सट हाउ एवर अवॉयड इनकलूडिंग टू मैनी विजुअल एड्स ऑन योर सलाइट मेक लैबल्स फॉर चार्ट एंड ग्राफ्स अंडरस्टैंड ऑनली Enough text to make level elements in a chart or graph comprehensible. Apply subtle, consistent slides backgrounds. Choose an appealing consistent template or theme that is not too eye-catching. You do not want the background or design to detract from your message. However, want to provide a contrast between the background color and text color the built-in themes in powerpoint set the contrast between a light background with dark colored text or dark background with light colored text for more information we now the theme or apply a theme to add color and style of our presentation ਨਸਟਾ ਜੀ ਟਾਈਪਸ ਆਫ ਪੀਪੀਟੀ ਪੀਪੀਟੀ ਦੇ ਕਿੰਨੇ ਕਿਸਮਾਂ ਹੁੰਦੀਆਂ ਹਨ ਪਾਵਰਪੁਆਇੰਟ ਪੀਪੀਟੀ ਯੂजेस 3 ਮੇਨ ਫਾਈਲ ਟਾਈਪਸ ਫਾਈਲ ਟਾਈਪ ਪਾਵਰਪੁਆਇੰਟ প্রেਜੰਟੇਸ਼ਨ ਦੇ ਵਿੱਚ ਸਟਾਰ .ਪੀਪੀਟੀ ਐਕਸਟੈਂਸ਼ਨ ਹਨ ਡਿਫਾਲਟ ਓਪਨ ਹੈ ਥੈਨ ਪਾਵਰਪੁਆਇੰਟ ਟੈਂਪਲੇਟ ਦੇ ਵਿੱਚ ਸਟਾਰ .ਪੀਓਟੀ ਥੈਨ ਅ ਨਿਊ ਇਸ ਤਰ੍ਹਾਂ ਹੀ ਪਾਵਰਪੁਆਇੰਟ ਸਲਾਈਡ ਸ਼ੋ ਦੇ ਵਿੱਚ ਸਟਾਰ .ਪੀਪੀਐਸ ਥੈਨ ਸ਼ੋ ਇਹ ਦਾ ਡਿਫਾਲਟ ਐਕਸ਼ਨ ਚ ਆ ਜਾਂਦਾ ਹੈ 3000 ਦਾ types of ppt hardware requirement for ppt ppt 바తే 하드웨어 ਦੀ ਕਿਹੜੀ ਲੋਡ ਹੁੰਦੀ ਹੈ the hardware requirements for powerpoint 2013 are the same as those required by office 2013 a 1.ghz 86 और 64 प्रोसेसर और 1 GB of RAM for 32 bit systems or 2 GB of RAM for 64 bit systems and 3 GB of hard drive space and are the minimum requirements for both office 2013 and powerpoint 2013 these requirements jehdi hai sanu ppt bas chalawan layi chahidi han isitrai next hai ji implementation of ppt ppt kithe lagu hunda hai jehda ida crucial process of implementing a strategy in a seamless manner to attain the required set of goals. Needless to mention, the concept of strategy implementation is a wide one and is used in almost every industry. Now, with the help of this comprehensive strategy implementation PowerPoint template, we can easily make our audience well aware regarding this significant subject as well. ਨੈਕਸਟ ਹੈ ਜੀ ਇੰਪਲੀਮੈਂਟੇਸ਼ਨ ਆਫ ਪੀਪੀਟੀ ਸਟ੍ਰੈਟਜੀ ਜਿਹੜੀ ਹੈ ਇੰਪਲੀਮੈਂਟੇਸ਼ਨ ਦੀ ਸਟ੍ਰੈਟੈਜਿਕ ਪਲਾਨਿੰਗ ਇੰਪਲੀਮੈਂਟੇਸ਼ਨ ਐਂਡ ਕੰਟਰੋਲ ਪਲੱਸ ਦੈਨ ਪਲਾਨਿੰਗ ਦੇ ਵਿੱਚ ਕਾਰਪੋਰੇਟ ਪਲਾਨਿੰਗ ਡਿਵੀਜ਼ਨ ਪਲਾਨਿੰਗ ਬਿਜ਼ਨਸ ਪਲਾਨਿੰਗ ਦੈਨ ਪ੍ਰੋਡਕਟ ਪਲਾਨਿੰਗ ਇੰਪਲੀਮੈਂਟੇ ਦੇ ਵਿੱਚ ਆਰਗੇਨਾਈਜ਼ਿੰਗ ਇੰਪਲੀਮੈਂਟਿੰਗ ਦੈਨ ਕੰਟਰੋਲਿੰਗ ਮੈਜ਼ਰਿੰਗ ਰਿਜ਼ਲਟਸ ਡਾਇਗਨੋਜ਼ਿੰਗ ਰਿਜ਼ਲਟਸ ਟੇਕਿੰਗ ਕੋਰੈਕਟਿਵ ਐਕਸ਼ਨ ਸੋ ਇਹ ਇੰਪਲੀਮੈਂਟੇਸ਼ਨ ਜਿਹੜੇ ਪੀਪੀ ਦਾ ਰਾਹੀਂ ਵੀ ਇਹ ਤੇ ਜਾਂਦੀ ਸਟ੍ਰੈਟਜੀ ਨੂੰ ਦੈਨ ਹੈ ਜੀ ਐਡ ਗ੍ਰਾਫਸ ਔਨ ਪਾਵਰਪੁਆਇੰਟ ਪਾਵਰਪੁਆਇੰਟ ਦੇ ਵਿੱਚ ਅਸੀਂ ਗ੍ਰਾਫ ਐਡ ਕਰ ਸਕਦੇ ਹਾਂ ਥੈਂਕਸ